ਇਹ ਬਹੁਤ ਸੋਹਣੀ ਚੜ੍ਹਦੀ ਹੋਈ ਤਿੱਤਲੀ ਹੈ। ਇਸ ਨੂੰ ਬਣਾਉਣ ਲਈ ਮੋਟੇ ਕਾਗਜ਼, 2 ਪੈਨ ਦੇ ਰਿਫਿਲ, ਗੂੰਦ, ਧਾਗਾ, ਮੋਤੀ ਅਤੇ ਆਈਸਕ੍ਰੀਮ ਦੀਆਂ ਡੰਡੀਆਂ ਦੀ ਲੋੜ ਹੈ। 2 ਮੋਟੇ ਕਾਗਜ਼ ਲਵੋ ਅਤੇ ਉਹਨਾਂ 'ਤੇ ਤਿੱਤਲੀ ਬਣਾ ਕੇ ਕੱਟ ਲਵੋ। ਹੁਣ ਗੂੰਦ ਦੀ ਵਰਤੋਂ ਨਾਲ ਉਸ ਦੇ ਉੱਪਰ ਸੋਹਣੀ ਜਿਹੀ ਰੰਗ ਬਿਰੰਗੀ ਤਿੱਤਲੀ ਨੂੰ ਚਿਪਕਾ ਦਿਓ। ਇਸ ਨੂੰ ਘੁਮਾਓ। ਗੂੰਦ ਨੂੰ ਤਿੱਤਲੀ ਦੇ ਇੱਕ ਪਾਸੇ ਲਾਓ। 2 ਬਾਲ ਪੈਨ ਦੀਆਂ ਰਿਫਿਲ ਲੈ ਕੇ ਇਹਨਾਂ ਨੂੰ ਇਸ ਉੱਪਰ ਟੇਢਾ ਚਿਪਕਾ ਦਿਓ। ਹੁਣ ਤਿੱਤਲੀ ਦੇ ਬਾਕੀ ਹਿੱਸੇ ਨੂੰ ਇਸ ਉੱਪਰ ਚਿਪਕਾ ਦਿਓ। ਤੁਸੀਂ ਵੇਖੋਗੇ ਤੁਹਾਡੀਆਂ ਦੋਵੇਂ ਟੇਢੀਆਂ ਰਿਫਿਲਾਂ ਦੋਵੇਂ ਤਿੱਤਲੀਆਂ ਦੇ ਵਿਚਕਾਰ ਦੱਬ ਗਈਆਂ ਹਨ। ਬਾਕੀ ਬਾਹਰ ਆਉਂਦੀ ਬਚੀ ਰਿਫਿਲ ਨੂੰ ਕੱਟ ਦਿਓ। ਤੁਹਾਡੀ ਤਿੱਤਲੀ ਤਿਆਰ ਹੈ। ਹੁਣ ਇੱਕ ਆਈਸਕ੍ਰੀਮ ਦੀ ਡੰਡੀ ਲਵੋ ਅਤੇ ਛੇਦ ਕਰ ਦਿਓ 2 ਵਿਚਕਾਰ ਅਤੇ 2-2 ਛੇਦ ਦੋਵਾਂ ਪਾਸਿਆਂ 'ਤੇ। ਹੁਣ ਸੂਈ ਵਿੱਚ 2 ਮੀਟਰ ਲੰਬਾ ਧਾਗਾ ਪਾਓ ਅਤੇ ਉਸਨੂੰ ਇਹਨਾਂ ਛੇਦਾਂ ਵਿੱਚੋਂ ਕੱਢ ਦਿਓ। ਇੱਕ ਰਿਫਿਲ ਦੀ ਛੇਦ ਵਿੱਚ ਕੱਢ ਕੇ ਦੂਸਰੀ ਰਿਫਿਲ ਵਿੱਚ ਪਾ ਦਿਓ। ਧਾਗੇ ਦੇ ਅਖੀਰ ਵਿੱਚ ਇੱਕ ਮੋਤੀ ਬੰਨ੍ਹ ਦਿਓ। ਇਹ ਮੋਤੀ ਇਸ ਨੂੰ ਪਕੜਨ ਵਿੱਚ ਮਦਦ ਕਰੇਗਾ। ਹੁਣ ਧਾਗੇ ਦੇ ਕੋਨਿਆਂ ਨੂੰ ਆਈਸਕ੍ਰੀਮ ਦੇ ਦੋਵੇਂ ਕੋਨਿਆਂ 'ਤੇ ਲਾ ਦਿਓ। ਤੁਹਾਡੀ ਚੜ੍ਹਦੀ ਹੋਈ ਤਿੱਤਲੀ ਲਗਭਗ ਤਿਆਰ ਹੈ। ਵਿਚਕਾਰਲੇ ਹਿੱਸੇ ਨੂੰ ਟੰਗ ਦਿਓ। ਹੁਣ ਦੋਵੇਂ ਮੋਤੀਆਂ ਨੂੰ ਇੱਕ ਇੱਕ ਕਰਕੇ ਖਿੱਚੋ ਅਤੇ ਧਾਗੇ ਨੂੰ ਕੱਸ ਕੇ ਰੱਖੋ। ਇਹ ਤਿੱਤਲੀ ਨੂੰ ਉੱਪਰ ਚੜ੍ਹਨ ਵਿੱਚ ਮਦਦ ਕਰੇਗਾ। ਜਦੋਂ ਤੁਸੀਂ ਉਸਨੂੰ ਥੋੜ੍ਹੀ ਦੇਰ ਬਾਅਦ ਛੇੜੋਗੇ, ਤਿੱਤਲੀ ਆਪਣੇ ਪਾਰ ਕਰਕੇ ਆਪੇ ਥੱਲੇ ਆ ਜਾਵੇਗੀ। ਇਹ ਤਿੱਤਲੀ ਬਹੁਤ ਸੋਹਣੀ ਲੱਗੇਗੀ।